ਅਸਲਾਮੁਅਲੈਕੁਮ ਵੀਰੋ, ਕੀ ਹਾਲ ਚਾਲ ਹੈ? ਠੀਕ ਹੋ? ਤਬੀਅਤ ਸੇ ਠੀਕ ਹੈ? ਮੇਰਾ ਨਾਮ ਅਮਨ ਮਾਨ ਹੈ, ਤੁਸੀਂ ਸਾਰੇ ਵੇਖ ਰਹੇ ਹੋ ਪੰਜਾਬੀ ਵਲੋਗ। ਅੱਜ ਹੀ ਅਸਾਂ ਨੈੱਟ ਲਾਉਣ ਲੱਗੇ ਹਾਂ, ਤੁਹਾਨੂੰ ਵਿਖਾਵਾਂਗੇ ਵੀ ਨੈੱਟ ਕਿਵੇਂ ਲੱਗਦਾ, ਇੰਟਰਨੈਟ ਜਿਹੜਾ ਉਹ ਲਵਾਉਣ ਲਾਜ ਲੱਗੇ ਹਾਂ। ਕੇਬਲ ਲਵਾਊਂਗਾ ਮੈਂ ਨੈੱਟ, ਮੋਸਟਰ ਜਿਹਾ ਪਿਆ ਤਾਰ ਦਾ ਸਾਰਾ, ਮੋਢੀ 'ਚੋਂ ਪਿੱਛੋਂ ਲਾ ਉਹਨੇ ਤਾਰ। ਅਵਕਾਸ਼ ਮੀਆਂ ਸਿੱਧਾ ਬੋਸਟਰ ਵਿੱਚੋਂ ਲੱਗੇ ਤਾਂ ਮੁੜ ਕੀ ਫਾਇਦਾ ਇਹਦਾ? ਬੋਸਟਰ ਵਿੱਚ ਨਹੀਂ ਹੈ ਡੀਪੀ। ਅੱਛਾ, ਮੇਨ ਹੈ ਡੱਬੀ, ਇਹ ਡੱਬੀ 'ਚ ਲਗਾਉਣਾ ਵਾ। ਇਸ 'ਚ ਤੇਰਾ ਸਟਰੋਂਗ ਸਿਗਨਲ ਸਿਗਨਲ ਦਾ ਫਾਇਦਾ ਹੋਏਗਾ। ਹਾਂਜੀ, ਇਹਦਾ ਫਾਇਦਾ ਵਾ। ਅੱਛਾ, ਡੀਪੀ 'ਚ ਤੇਰਾ ਤਾਂ ਹੋਏਗਾ ਭਾਅ ਜੀ, ਇਨਸ਼ਾ ਅੱਲਾ ਬਹੁਤ ਹੀ ਅੱਛਾ ਰਿਜ਼ਲਟ ਦਾ ਫਾਇਦਾ ਹੋਊਗਾ। ਚਲੋ, ਸਾਰਾ ਕੁਛ ਓਕੇ ਤੁਹਾਨੂੰ ਮਿਲੇਗਾ। ਚਲੋ, ਯੂਟਿਊਬ ਚੈਨਲ ਆ ਸਾਜੀ, ਇਹ ਤਾਰਾਂ ਤਾਂ ਬੜੀਆਂ ਜ਼ਿਆਦਾ ਨੇ। ਬਸ ਜੀ, ਇੱਦਾਂ ਪੂਰੀਆਂ ਜਾਂਦੀਆਂ। ਅੱਛਾ, ਸਾਰੇ ਤਾਰਾਂ ਮੇਨ ਇਹੀ ਹੋਈ ਹੈ। ਜੋੜ ਸਾਰੇ ਇੱਥੇ ਲੱਗਣੇ ਨੇ, ਜੋੜ ਵਾਲੀ ਕੇਬਲਾਂ। ਜੀ, ਸਾਰਿਆਂ ਨਾਲ ਜ਼ਿਆਦਾ ਹੀ ਕਨੈਕਸ਼ਨ ਹੀ ਹੁੰਦਾ ਨਾ। ਆਹ ਕਨੈਕਸ਼ਨ ਸਾਰਿਆਂ ਨਾਲ ਮੁਸ਼ਕਲ ਹੁੰਦਾ ਕੰਮ ਜਿਹੜਾ। ਉਹ ਜਿਹੜਾ ਪਿੱਛੋਂ ਪੇਰ ਚਲਾਇਆ ਸੀ ਨਾ, ਤੁਸੀਂ ਐਡੀ ਮੋਟੀ ਤਾਰ ਉਸਾ ਜੀ, ਇੱਕੋ ਤਾਰ ਨਿਕਲੀ ਸੀ ਰਵੇ 'ਚ। ਚਾਰ ਵੀ ਹੁੰਦੀਆਂ ਨੇ, ਛੇ ਵੀ ਹੁੰਦੀਆਂ ਨੇ, 12, 8, 48, 48, 52, 96। ਅੱਛਾ, ਉਹ ਮੁੜ ਉਹਦਾ ਕੀ ਹਿਸਾਬ ਹੁੰਦਾ? ਉਹ ਮੇਨ ਟਿਊਬਾਂ ਹੁੰਦੀਆਂ, ਉਹ ਮੇਨ ਤੇ ਬਸ ਕਰ ਯਾਰ, ਨਹੀਂ ਲਾਉਣੀ ਆ ਪਿੱਛੇ ਲਾਇਆ ਥੋੜੀ। ਅੱਛਾ, ਮੇਨ ਤੇ ਯੂਜ਼ ਹੋਣ ਵਾਸਤੇ ਇੰਨੀਆਂ ਤਾਰਾਂ ਲੱਗ ਗਈਆਂ। ਜਿਹੜੀ ਯੂਜ਼ਰ ਹੈਂਡ ਪੈਂਦੀ ਆ ਉਹ ਨਾ ਸਿਰਫ 2 ਕੋਰ ਪੈਂਦੀ ਆ। ਅੱਛਾ, ਜਿਹੜੀ ਅਗਾਂ ਦੇਣੀ ਹੁੰਦੀ? ਹਾਂਜੀ, ਜਿਹੜੀ ਕਾਰ 'ਚ ਪਾਣੀ ਹੁੰਦੀ ਆ, ਅਤੇ ਜਿਹੜੀ ਅੱਗੇ ਫਿਰ ਮਹੱਲਿਆਂ 'ਚ ਪਾਣੀ ਹੁੰਦਾ, ਖੰਭੇ ਤੋਂ ਖੰਭਾ, ਉਹ 4 ਕੋਰ ਵੀ ਚੱਲ ਜਾਂਦੀ ਹੈ। ਅੱਛਾ, ਹੈਗੀ ਆ ਟੇਪ? ਇਹ ਸਾਰਾ ਇਸੇ ਮਸ਼ੀਨ ਦਾ, ਮਸ਼ੀਨ ਨੇ ਸਾਰਾ ਕੁਝ ਕਰਨਾ? ਸਾਰਾ ਕੰਮ ਮਸ਼ੀਨ ਦਾ, ਸਾਡਾ ਕੋਈ ਕੰਮ ਹੀ ਨਹੀਂ। ਸਾਡਾ ਇਹੀ ਹੈ ਕੰਮ, ਯੂਜ਼ਰ ਹੈਂਡ ਲਾ ਲੈਣਾ ਜਾਂ ਮੋਡਮ ਵਗੈਰਾ ਚੈੱਕ ਕਰ ਲੈਣਾ, ਚੱਲ ਰਿਹਾ ਬੰਦ ਰਿਹਾ, ਯੂਜ਼ਰ ਆਈਡੀ ਲਾ ਲੈਣ, ਬਸ ਮੇਨ ਕੰਮ ਹੈ ਮਸ਼ੀਨ ਦਾ। ਆ ਮਸ਼ੀਨ ਦੇ ਸਿਰ 'ਤੇ ਸਾਰਾ ਕੰਮ ਚੱਲਣਾ? ਸਾਰਾ ਕੰਮ ਮਸ਼ੀਨ ਦੇ ਸਿਰ 'ਤੇ। ਆ ਜੋੜ ਲਾਉਣ ਵਾਸਤੇ ਪੈਪ ਨਾਲ ਇਹ ਸਲੀਪ ਹੁੰਦੀ ਹੈ। ਅੱਛਾ, ਸਲੀਪ। ਹਾਂਜੀ, ਆ ਸਵੀਪਰ ਆ, ਇਹ ਕਟਰ, ਕਲੀਵਰ, ਇਹ ਕਲੀਵਰ, ਇਹ ਕਲੀਵਰ ਆ ਨਾ ਸਰ? ਸਟਿਪਰ ਆ, ਸਟਿਪਰ ਨਾਈਫ ਕਰਨ ਲਈ, ਇਹ ਕਲੀਵਰ ਆ ਕਟਰ। ਇਹਦਾ ਕੀ ਇਸਤੇਮਾਲ ਹੁੰਦਾ ਕਲੀਵਰ ਦਾ? ਇਸ ਪੇਅਰ ਕੱਟਣਾ ਵਾ, ਜਿਹੜਾ ਮਸ਼ੀਨ 'ਚ ਰੱਖਣਾ ਆ। ਦੇਖ ਲਓ ਸਰ ਜੀ, ਵੀਡੀਓ ਬਣਾਉਂਦੇ ਮਨ ਜੀ, ਉਹਨਾਂ ਨੂੰ ਵੇਖ ਲੈਣ। ਦੇਖੋ ਜੀ, ਓਕੇ ਸਰ, ਸੈਂਟਰ ਜੀ। ਜਦੋਂ ਮੈਂ ਤਾਰਾਂ ਲੱਗ ਗਿਆ ਉਹਨਾਂ ਆਪੇ ਲੱਗ ਜਾਣਾ ਵਿੱਚ। ਇਹ ਜੋੜਾ ਪਿਆ ਦੇਖ ਲਓ, LCD ਤੁਹਾਨੂੰ ਦਿਖਾਏਗੀ ਸਾਰਾ ਕੁਛ। ਅੱਛਾ, ਅਤੇ ਉਹ ਜੋੜ ਲੱਗਣ ਲੱਗਾ ਜੀ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਸਰ। ਅਲਹਮਦੁਲਿਲਾ ਡਾਕਟਰ ਸਾਹਿਬ, ਡਾਕਟਰ ਸਾਹਿਬ ਨੈਟ ਨਾਲ ਜਿਹੜਾ ਬੈਕ ਪੇਅਰ ਚੱਲੇ, S4 ਵੇ ਤੋਂ ਬੈਕ ਪੇਅਰ ਨਹੀਂ ਸੀ ਚਲਾਇਆ, ਐਸ ਪੇ ਉਸ ਤੋਂ ਲਾਇਆ ਦੇ ਲਾਉਂ ਉਹਨੂੰ ਕਿਤੇ ਕੋਈ ਟਾਈਮ ਹੈ ਨਹੀਂ। ਅੱਛਾ, ਲੱਗ ਗਿਆ ਕਨੈਕਸ਼ਨ? ਹਾਂਜੀ ਸਰ, ਤੂੰ ਹੋ ਗਈ ਰੇ। ਹਾਂਜੀ ਸਰ, ਯਾਦ ਰੱਖੋ ਜੋੜ ਲੱਗ ਗਿਆ। ਹਾਂ, ਜੋੜ ਦਿੱਤੇ ਆ ਜਾਏਗਾ। ਚੀਜ਼ ਦਿਖਾਈ ਜਰ ਸਵਾਰ ਕੇ,
ਕਿਸੇ ਨੂੰ ਪਤਾ ਹੀ ਨਹੀਂ ਇਸ ਚੀਜ਼ ਦਾ ਪੀਟ ਕਰ ਰਿਹਾ ਜੀ ਨਾਲ ਜੋੜ ਕਰੋਗੇ ਨਾ ਜੋੜਨ ਦੇ ਮਜ਼ਬੂਤ ਰਹੇ ਤਾਂ ਵਾਸਤੇ ਆਪਾਂ ਅੱਜ ਇਹ ਬਾਜ਼ੂ ਕਾ ਲੋਕ ਕਰਦੇ ਤੇ ਇਹ ਤਾਂ ਮਸ਼ੀਨ ਕਿੰਨੇ ਕੁ ਦੀ ਹੈ ਤਕਰੀਬਨ ਮਸ਼ੀਨਾਂ ਦੇ ਮੁxtਲਿਫ ਰੇਟ ਆ ਬਈ ਇਹ ਪਾਦੀ ਜਿਹੜੀ ਇਨਸਰੈਂਟ ਦੀ ਹੈ ਨਾ ਮਸ਼ੀਨ ਇਹ ਤਕਰੀਬਨ ਇਸ ਟਾਈਮ ਆ ਰਹੀ ਹੈ ਸਹੀ ਕਿੰਨੇ ਦੀ ਤਕਰੀਬਨ 11-12 ਲੱਖ ਦੀ 11-12 ਲੱਖ ਰੁਪਏ ਅੱਛਾ 11-12 ਲੱਖ ਦੀ ਮਸ਼ੀਨ ਹਾਂਜੀ ਇਹਨੂੰ ਪਾਦੀ ਤੁਸੀਂ ਗੂਗਲ ਤੇ ਸਰਚ ਕਰੋ ਨਾ ਇਹ ਤੁਹਾਨੂੰ ਸਾਰਾ ਕੁਝ ਦੱਸੇਗੀ ਮਾਡਲ ਹੀ ਬੰਦ ਹੋ ਗਿਆ ਹੁਣ ਤੇ ਹਾਂਜੀ ਮਾਡਲ ਨਵੇਂ ਕਦਰ ਤੇ ਕੰਪਨੀ ਹਾਲ ਤੋਂ ਬਿਲਕੁਲ ਕਨੈਕਸ਼ਨ ਹੈ ਵਿੱਚ ਸਾਰਾ ਇਹਦੇ ਪਿੱਛੋਂ ਕਨੈਕਸ਼ਨ ਲਾ ਕੇ ਇੱਥੋਂ ਵਿਕਾਸ ਮੀਆਂ ਬਾਂਧਦਾ ਪਿਆ ਖੰਭੇ ਤੇ ਅੰਦਰ ਆ ਗਈ ਅਫਸੋਸ ਵਿੱਚੋਂ ਇੱਥੇ ਆ ਡਿਵਾਈਸ ਪਈ ਇੱਥੇ ਨਾਲ ਇੱਥੇ ਲਾ ਦੇਣੀ ਅੰਦਰ ਵਾਲੇ ਕਨੈਕਸ਼ਨ ਹੋ ਰਿਹਾ ਇੱਥੇ ਖੁੱਲ੍ਹੇ ਬਾਹਰ ਵਾਲਾ ਜੋੜ ਸਾਰਾ ਉਵੇਂ ਲੱਗਣਾ ਇੱਥੇ ਉਸੇ ਤਰ੍ਹਾਂ ਇੱਥੇ ਰੱਖ ਤੇ ਉਹਦਾ ਚਾਚਾ ਵੀ ਬਾਹਰ ਪਿੱਛੋਂ ਅਸਲ ਕੇਬਲ ਹੈ ਜਿਹਦੇ ਨਾਲ ਕਨੈਕਸ਼ਨ ਲੱਗ ਰਿਹਾ ਹੈਗਾ ਜਿਹੜੀ ਵਿੱਚ ਲੱਗਣੀ ਇੱਥੋਂ ਪਤਾ ਲੱਗਣਾ ਵੀ ਜੋੜ ਲੱਗ ਗਿਆ ਨਹੀਂ ਉਹ ਸਕਰੀਨ ਤੋਂ ਪਤਾ ਲੱਗਣਾ ਇੱਧਰੋਂ ਉਹਨੇ ਜੋੜ ਦੱਸਣਾ ਆ ਗਿਆ ਜੀ ਕਨੈਕਸ਼ਨ ਓਕੇ ਠੀਕ ਹੋ ਗਿਆ ਸਾ ਜੀ ਨਾਲ ਕੀ ਵਿਕਾਸ ਮੈਂ ਇਹ ਡੀ ਪੀ ਦੱਸ ਰਿਹਾ ਵਾ ਬੈਨੀ ਆ ਰਹੀ ਇੰਨੀ ਲੇਜ਼ਰ ਕਨੈਕਸ਼ਨ ਓਕੇ ਹੋ ਗਿਆ ਸਹੀ ਆ ਰਿਹਾ ਵੀ ਪਰ ਸੈਕਿੰਡ ਦੀ ਸਪੀਡ ਹੈ ਲਵਾ ਲਿਆ ਇੱਥੇ ਇਹਦਾ ਲੱਗ ਗਿਆ ਅੱਗੇ ਹੈਗਾ ਸੀ ਟੀ ਵੀ ਵਾਲਾ ਟੀ ਵੀ ਦੇ ਨਾਲ ਹੀ ਇਹਦਾ ਸੋਚ ਇੱਥੇ ਲੱਗ ਕੇ ਵਾਈਫਾਈ ਲੱਗ ਗਈ ਇੱਥੇ ਸਾਰਾ ਸਿਸਟਮ ਇੱਥੇ ਆ ਓਕੇ ਹੋ ਗਿਆ ਵਿੱਚ ਆ ਕੇਬਲ ਲੱਗ ਗਈ ਆ ਜਿਹੜੀ ਅਸਲ ਕੇਬਲ ਪਿੱਛੋਂ ਆ ਰਹੀ ਨੈੱਟ ਵਾਲੀ ਉਹ ਲੱਗ ਗਈ ਨਾਲ ਚੱਲਦਾ ਹੁਣ ਬੇੜਾ ਬਿਹਤਰੀਨ ਪਿਆ ਹੁਣ ਬਾਕੀ ਚਲਾ ਕੇ ਅਸਾਂ ਵਹਿੰਦੇ ਹਾਂ ਕੋਈ ਇਹਦੀ ਸੈਟਿੰਗ ਸੁਟਿੰਗ ਜਿਹੜੀ ਉਹ ਰਹਿੰਦੀ ਉਹ ਕਰਕੇ ਅਤੇ ਉਸ ਤੋਂ ਬਾਅਦ ਹੈ ਓਕੇ ਹੋ ਜਾਣਾ ਕੰਮ ਚੱਕ ਕੇ ਵਿਕਾਸ ਬਾਈ ਨੇ ਬੜਾ ਅੱਛਾ ਨੈੱਟ ਲਾਉਂਦੇ ਨੇ ਇਹਨਾਂ ਦੇ ਨੈੱਟ ਜਿਹੜਾ ਉਹ ਬਹੁਤ ਅੱਛਾ ਚੱਲ ਐਮ ਬੀ ਪਰ ਸੈਕਿੰਡ ਦੀ ਸਪੀਡ ਹੈ ਨਾ ਐਮ ਬੀ ਪਰ ਸੈਕਿੰਡ ਨੈੱਟ ਬਹੁਤ ਅੱਛਾ ਚੱਲੇਗਾ ਨਾ ਸਰ ਇਨਸ਼ਾਅੱਲਾ ਫਾਈਬਰ ਟੂ ਫਾਈਬਰ ਹੈ ਹਾਂ ਪਿੱਛੋਂ ਵੀ ਫਾਈਬਰ ਹੈ ਇਹਨਾਂ ਦਾ ਨੈੱਟ ਬਹੁਤ ਅੱਛਾ ਅਤੇ ਜਿਹੜਾ ਅਗਰ ਲਵਾਉਣਾ ਚਾਹੇ ਤਾਂ ਵਿਕਾਸ ਬਾਈ ਨਾਲ ਰਾਬਤਾ ਕਰ ਸਕਦਾ ਇਸ ਤੋਂ ਇਲਾਵਾ ਸਾਡੀ ਵੀਡੀਓ ਤੁਹਾਨੂੰ ਅੱਛੀ ਲੱਗੀ ਹੋਈ ਹੋਵੇ ਵੀਡੀਓ ਲਾਈਕ ਕਰਨਾ ਹੈ ਸ਼ੇਅਰ ਕਰਨਾ ਅਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਨਾ ਇਨਸ਼ਾਅੱਲਾ ਅਗਲੀ ਅਤੇ ਨਈ ਵੀਡੀਓ ਨਾਲ ਮੁਲਾਕਾਤ ਹੋਏਗੀ ਗੁੱਡ ਬਾਏ